ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨੂੰ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਕੰਨ ਥੋੜਾ ਸਿਰ ਅੱਗੇ ਆ ਗਿਆ। ਓਕੇ ਤੁਹਾਡੀ ਬਾਂਹ ਅੱਗੇ ਆ ਰਹੀ ਕਹਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋਅ। ਥੈਂਕ ਯੂ ਵੈਰੀ ਮੱਚ। ਜੀ ਡਾਕਟਰ ਸਾਹਿਬ, ਅੱਜ 28 ਨਵੰਬਰ 2013, 13 ਮਗਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲਸ, ਫੋਨ ਮੈਸੇਜਸ, ਟੈਕਸਟ ਮੈਸੇਜਸ, ਫੇਸਬੁੱਕ ਮੈਸੇਜਸ ਅਤੇ ਟਵਿੱਟਰ ਮੈਸੇਜ ਨਾਲ ਸ਼ੁਰੂ ਕਰਦੇ ਹਾਂ। ਤੇ ਇਸ ਤੋਂ ਪਹਿਲਾਂ ਕਿ ਮੈਂ ਪਹਿਲੀ ਈਮੇਲ ਪੜ੍ਹਾਂ ਤੇ ਮੈਂ ਤੁਹਾਨੂੰ ਪਹਿਲਾਂ ਮੁਬਾਰਕਾਂ ਦੇਣਾ ਚਾਹੁੰਦੀ ਹਾਂ ਥੈਂਕਸਗਿਵਿੰਗ ਡੇ ਦੀਆਂ। ਇਸ ਦਿਨ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਦੇਖੋ, ਅੱਜ ਬੇਸ਼ੱਕ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਪਰ ਅਮਰੀਕਾ ਦੇ ਸਾਰੇ ਲੋਕ ਲਗਭਗ ਆਪੋ ਆਪਣੇ ਪਰਿਵਾਰਾਂ 'ਚ ਬੈਠੇ ਨੇ ਔਰ 7 ਲੱਖ ਦੇ ਕਰੀਬ ਸਿੱਖ ਅਮਰੀਕਾ 'ਚ ਵਸਦੇ ਨੇ ਜਿਹੜੇ ਲਗਭਗ 100 ਸਾਲ ਪਹਿਲਾਂ ਇਸ ਮੁਲਕ 'ਚ ਆਏ। ਅਤੇ ਫਿਰ ਜਿਵੇਂ ਕਿਹਾ ਜਾਂਦਾ ਹੈ ਕਿ ਵੀ ਜਿਸ ਦੇਸ਼ ਤੁਸੀਂ ਰਹਿੰਦੇ ਹੋ ਅਲਟੀਮੇਟਲੀ ਉਸ ਦਾ ਸੱਭਿਆਚਾਰ, ਉਸ ਦਾ ਕਲਚਰ ਵੀ ਤੁਹਾਨੂੰ ਪ੍ਰਭਾਵਿਤ ਕਰਦਾ ਹੈ ਅਤੇ ਤੁਸੀਂ ਉਸ ਪ੍ਰਭਾਵ ਨੂੰ ਬੇਸ਼ੱਕ ਆਪਣਾ ਰੰਗ ਦੇਣ ਦਾ ਯਤਨ ਕਰਦੇ ਹੋ ਪਰ ਅਲਟੀਮੇਟਲੀ ਇਹ ਡੋਮੀਨੈਂਟ ਕਲਚਰ ਦੇ ਪ੍ਰਭਾਵ ਹੀ ਹੁੰਦੇ ਨੇ। ਇਸ ਲਈ ਅੱਜ ਕ੍ਰਿਸਮਿਸ ਹੋਏ, ਨਿਊ ਈਅਰ ਹੋਏ ਜਾਂ ਈਵਨ ਥੈਂਕਸਗਿਵਿੰਗ ਹੋਏ, ਭਾਵੇਂ ਸਪਿਰਿਟ ਥੈਂਕਸਗਿਵਿੰਗ ਦੀ ਅਮੈਰੀਕਨ ਹੈ, ਕੋਈ ਦਾ ਧਰਮ ਨਾਲ ਕਿਸੇ ਇੱਕ ਨਾਲ ਤਾਲੁਕ ਨਹੀਂ ਹੈ, ਪਰ ਕਿਉਂਕਿ ਇਹ ਮੈਜੋਰਿਟੀ ਕਲਚਰ ਨੇ ਇਸ ਨੂੰ ਅਡੋਪਟ ਕੀਤਾ ਅਤੇ ਇਸ ਦਾ ਹੀ ਨਤੀਜਾ ਵੀ ਅਸੀਂ ਵੀ ਅੱਜ ਵਧਾਈ ਵੀ ਦੇ ਰਹੇ ਹਾਂ ਔਰ ਥੈਂਕ ਯੂ ਵੀ ਕਰ ਰਹੇ ਹਾਂ। ਥੋੜ੍ਹਾ ਜਿਹਾ ਇਸ ਦੇ ਇਤਿਹਾਸਕ ਪੱਖ ਨੂੰ ਸਮਝਣਾ ਜ਼ਰੂਰੀ ਹੋਏਗਾ ਔਰ ਫਿਰ ਉਸ 'ਤੇ ਅਸੀਂ ਸਪਿਰਿਚੁਅਲ ਪੱਖ ਦੀ ਗੱਲ ਕਰਾਂਗੇ, ਅਧਿਆਤਮਿਕ ਪੱਖ ਦੀ ਗੱਲ ਕਰਾਂਗੇ। ਅਮਰੀਕਾ ਦਾ ਇਤਿਹਾਸ ਕੋਲੰਬਸ ਦੇ ਨਾਲ, ਕ੍ਰਿਸਟੋਫਰ ਕੋਲੰਬਸ ਜਿਸ ਦੀ ਐਕਸਪੀਡੀਸ਼ਨ ਨੂੰ ਜਾਂ ਜਿਸ ਦੀ ਸਮੁੰਦਰੀ ਯਾਤਰਾ ਨੂੰ ਉਸ ਵੇਲੇ ਦੀ ਸਪੇਨ ਦੀ ਰਾਣੀ ਨੇ ਫਾਈਨੈਂਸ ਕੀਤਾ, ਉਸ ਦੇ ਨਾਲ ਉਹਦੀ ਸ਼ੁਰੂਆਤ ਹੁੰਦੀ ਹੈ। 1492 ਦੇ ਲਗਭਗ ਉਸ ਦੀ ਲੱਭਤ ਜਿਹੜੀ ਆ ਅਮਰੀਕਾ ਬਣਦੀ ਔਰ ਇਹਦੇ ਵੀ ਆਉਣ ਦਾ ਕਾਰਨ ਜਿਹੜਾ ਉਹ ਇਹੀ ਸੀ ਕਿ ਚੀਨ ਔਰ ਭਾਰਤ ਜਿਹੜਾ ਉਸ ਵੇਲੇ ਖਾਸ ਤੌਰ 'ਤੇ ਭਾਵੇਂ ਅੱਡ ਅੱਡ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਪਰ ਕਿਉਂਕਿ ਹਿਮਾਲਿਆ ਪਹਾੜ ਅਤੇ ਦੂਸਰੇ ਜਿਹੜੇ ਉੱਥੋਂ ਦੇ ਸਪਾਈਸਿਸ ਨੇ ਉਸ ਪਹਾੜਾਂ ਨਾਲ ਜੁੜੇ ਹੋਏ, ਕਾਸ਼ਤਕਾਰੀ ਨਾਲ ਜੁੜੇ ਹੋਏ, ਉਹ ਯੂਰਪ ਦੇ ਵਿੱਚ ਲੈਂਡ ਰੂਟ ਰਾਹੀਂ ਆਉਂਦੇ ਸਨ, ਖੁਸ਼ਕੀ ਦੇ ਰਸਤੇ ਆਉਂਦੇ ਸੀ। ਜਿਵੇਂ ਅੱਜ ਵੀ ਜਿਹੜਾ ਰਸਤਾ ਸਾਡਾ ਪੰਜਾਬ, ਫਿਰ ਪਾਕਿਸਤਾਨ, ਅਫਗਾਨਿਸਤਾਨ, ਅੱਗੇ ਈਰਾਨ ਔਰ ਜਾ ਕੇ ਫਿਰ ਟਰਕੀ ਤੱਕ ਅਤੇ ਟਰਕੀ ਦੇ ਨਾਲ ਫਿਰ ਤੁਸੀਂ ਯੂਰਪ ਨਾਲ ਲੱਗ ਜਾਂਦੇ ਹੋ। ਸੋ ਕਿਉਂਕਿ ਉਸ ਦੇ ਲਈ ਕਾਫ਼ੀ ਲੰਬਾ ਸਫ਼ਰ ਸੀ ਪਹੁੰਚਣ ਦਾ ਵਪਾਰੀਆਂ ਦੇ, ਅਤੇ ਬਹੁਤ ਮਹਿੰਗੇ ਵਿਕਦੇ ਸੀ ਅਤੇ ਯੂਰਪ ਜਿਹੜਾ ਕੰਟੀਨੈਂਟ ਹੈ ਇਹ ਹਮੇਸ਼ਾ ਵਪਾਰੀਆਂ ਦਾ ਰਿਹਾ ਔਰ ਵਪਾਰ ਦਾ ਨੁਕਤਾ ਉਹਨਾਂ ਦੇ ਲਈ ਨੰਬਰ 1 ਨੁਕਤਾ ਰਿਹਾ। ਸੋ ਉਹੀ ਕਾਰਨ ਹੈ ਵੀ ਅੱਜ ਵੀ ਜਦੋਂ ਕਦੇ ਉਹ ਯੂਰਪ ਹੋਏ ਜਾਂ ਈਵਨ ਅਮੈਰੀਕਾ ਕੈਨੇਡਾ ਵੀ ਹੋਏ, ਇਹ ਜਦੋਂ ਆਪਣੀਆਂ ਵਿਦੇਸ਼ ਨੀਤੀਆਂ ਦੇ ਵਿੱਚ ਕਈ ਵਾਰੀ ਕੀ ਕੰਪੋਨੈਂਟ ਜਿਹਨੂੰ ਅਸੀਂ ਹਿਊਮਨ ਰਾਈਟਸ ਜਾਂ ਇਨਸਾਨੀਅਤ ਜਾਂ ਇਖਲਾਕੀਅਤ ਕਹਿੰਦੇ ਹਾਂ ਉਹਨਾਂ ਨੂੰ ਪਾਸੇ ਰੱਖ ਦਿੰਦੇ ਨੇ ਅਤੇ ਫਿਰ ਕਈ ਵਾਰ ਸਾਡੇ ਵਰਗੇ ਜਿਹੜੇ ਬਿਲਕੁਲ ਇੱਕ ਲਾਈਨ ਜਿਨ੍ਹਾਂ ਨੇ ਫੜੀ ਹੁੰਦੀ ਹੈ ਕਿ ਜੀ ਜਿਹੜੀ ਗੱਲ ਇਖਲਾਕ ਜਾਂ ਮੋਰੈਲਿਟੀ ਦੇ ਦਾਇਰਾਕਾਰ ਦੇ ਵਿੱਚ ਨਹੀਂ ਆਉਂਦੀ ਉਹਨੂੰ ਰਿਜੈਕਟ ਕਰ ਦੇਣਾ ਚਾਹੀਦਾ। ਪਰ ਜੇ ਤੁਸੀਂ ਇਹਨਾਂ ਮੁਲਕਾਂ ਦੀਆਂ, ਯੂਰਪ ਦੀਆਂ ਔਰ ਅਮੈਰੀਕਾ ਦੀਆਂ ਪੋਲਿਸੀਜ਼ ਦੇਖੋ ਤਾਂ ਅਲਟੀਮੇਟਲੀ ਦੋ ਚੀਜ਼ਾਂ ਇਹਨਾਂ ਨੂੰ ਗਾਈਡ ਕਰਦੀਆਂ ਨੇ। ਪਹਿਲੀ ਚੀਜ਼ ਇਹਨਾਂ ਦੇ ਟ੍ਰੇਡ ਇੰਟਰਸਟ, ਜਿਹਨੂੰ ਭਾਵੇਂ ਨੈਸ਼ਨਲ ਇੰਟਰਸਟ ਕਹਿੰਦੇ ਨੇ ਪਰ ਉਹ ਵਪਾਰਕ ਹਿੱਤ ਹੁੰਦੇ ਨੇ। ਦੂਸਰਾ ਫਿਰ ਆ ਜਾਂਦਾ ਸਟ੍ਰੈਟਜਿਕ ਇੰਟਰਸਟ ਕਿ ਵਿਉਂਤਬੰਦੀ ਦੇ ਢੰਗ ਨਾਲ ਕੀ ਹੈ। ਸੋ ਨੀਤੀ ਇਹਨਾਂ ਦੀ ਈਰਾਨ ਦੇ ਵਿੱਚ ਹੋਏ, ਅਫਗਾਨਿਸਤਾਨ ਦੇ ਵਿੱਚ ਹੋਏ, ਫਲਸਤੀਨ ਨਾਲ ਹੋਏ ਔਰ ਅੱਜ ਇੰਡੀਆ ਵੱਲ ਵੱਧ ਰਿਹਾ ਝੁਕਾਅ ਹੋਏ, ਜਿਹੜਾ ਇੱਕਦਮ ਯੂ ਟਰਨ ਹੈ ਜਦੋਂ ਇੰਡੀਆ ਦੀਆਂ ਮਾਰਕੀਟਸ ਖੁੱਲ੍ਹੀਆਂ ਮਲਟੀਨੈਸ਼ਨਲਸ ਦੇ ਲਈ, ਫਿਰ ਅੱਜ ਇੰਡੀਆ ਨੂੰ ਆਪਣੀ ਲੌਬੀ ਆਪ ਕਰਨ ਲਈ ਲੌਬਿੰਗ ਫਰਮ ਬੜੇ ਵੱਡੇ ਖਰਚੇ ਦੀਆਂ ਹਾਇਰ ਕਰਨ ਦੀ ਲੋੜ ਨਹੀਂ ਪੈਂਦੀ। ਕਾਰਪੋਰੇਟ ਅਮੈਰੀਕਾ ਜਿਹੜਾ ਕੈਪੀਟਲ ਅਮੈਰੀਕਾ ਹੈ, ਪੈਸਾ ਜਿਨ੍ਹਾਂ ਦੇ ਕੋਲ, ਉਹੀ ਲੌਬੀ ਕਰ ਦਿੰਦੇ ਨੇ। ਨਿਊਕਲੀਅਰ ਮੁੱਦੇ 'ਤੇ ਵੀ ਉਹਨਾਂ ਨੇ ਹੀ ਲੌਬੀ ਕੀਤੀ,
और यही कारण है भी भारत वर्गे देशों के ह्यूमन राइट्स रैकर्ड न बिल्कुल जड़ा हूँ इग्नोर करके सिर्फ तो सिर्फ व्यापारक हित और उदे नाल व्योतबंधक हित जुड़ गए स्ट्रैटेजिक चाइना एमरजिंग पावर बन गया इकोनॉमिकल पोलिटिकल उन्हों कंटेन करन दे लई अमरीका कोई चाहिए उस खिते दे विच सो वह भावें जापान नू दित्ती थापी होए भावें इंडिया नू दित्ती थापी होए ये एक उसका बेस है जिहड़ा समझना जरूरी है सो ये गल नवी नहीं है सो स्पेन की राणी ने कोलंबस नू इस सर्च के उत्ते भेजा कि वह समुंदर राही भारत का रस्ता लभे ता कि भारत दे नाल सीधा उत्थों स्पाइसिस मंगवाए जाण सस्ते पैण और स्पेन जिहड़ा उहदे चों प्रॉफिट अर्न करे सो एक लंबी कहानी है भी एक्सीडेंटली जिहड़ा कोलंबस ने अमरीका नू हिट किया उन्हें यह पता नहीं उन्हें पहला तो यही समझा भी वह इंडिया पहुँच गया इसलिए उन्हें उन्होंने जोड़े इतों के वछिंदे उन्होंने भी उन्हें रैड इंडियन क्या मूँह उन्होंने लाल सी फीचर तो उन्होंने बहुते जोड़े ने मंगलॉयड ने चीनिया जापानिया वर्गिया ने निक्किया अखा ने सो उन्हें इस तरह शब्द भी इन्हों इंडियन जोड़ा है वो इस्तेमाल होना शुरू होया रैड इंडियंस लई बेशक हूँ यह शब्द नेटिव अमेरिकन यूज होंगे सो एक बार इसकी भाल हुई फिर अमरीका दे नाल साउथ अमेरिका लभ गया जिहड़ा उहदे सारे जिन्ने देश ने निकारागुआ इक्वाडोर ब्राज़ील इधर गुआंट साडे मैक्सीको ये फिर एक दौड़ भी लगी रही स्पेन फ्रांस इंग्लैंड उन्होंने किन्होंने कॉलोनीज बनानी है वो एक वक्रा चैप्टर है इतिहास का फिर असी देखते हैं भी जिवें धर्म के नाँ के उत्ते यूरोप दे विच भी आपसी खिचतू हुई उहदा काफ़ी असर होया जो असी इंग्लैंड दी हिस्टरी देखते हैं भी किवें इंग्लैंड के किंग ने वखरा अपना एंग्लिकन चर्च बनाया चर्च ऑफ इंग्लैंड और फिर किवें एक ब्लडी मैरी जिन्हों कहा जाता है उन्हें परसीक्यूशन शुरू की कैथोलिक्स की और दूसरों की जोड़े वो बिलीफ नहीं सी मानते और उन्होंने हालातों के जदों के एक जिन्होंने अज असी पिलग्रिम करके जानते हैं जहाँ अमेरिकन बच्चा भी मे फ्लावर उस जहाज़ के नाँ तो वाकफ है पिलग्रिम शब्द तो वाकफ है सो इंग्लैंड दे विच और यूरोप के कुछ हिस्सों भी जड़े वो जिन्हों धार्मिक आज़ादी ना मिलन करके उन्होंने उत्ते जुल्म हो रहे सी उन्होंने फैसला किया कि इतों निकलिया जाए यूरोप चो निकलिया जाए बहुत सारे उन ब्रिटिशन ब्रिटिशर सन कुछ जड़े ने होर भी यूरोप के होंगे सो वो एक जहाज़ जड़ा जिन्होंने मे फ्लावर जिस जहाज़ का नाँ से पिलग्रिम्स का वह अमरीका की धरती से पहुँचे क्योंकि अमरीका के 400 तो ज़्यादा कई बार गिणती 800 तक भी की जाती है नेटिव अमेरिकन के अड अड कबीले सन उन्होंने ट्राइब सन जिन्हों के कब्जे के कंट्रोल दे विच सारा मुल्क से उन्होंने एक अपना सिस्टम सी अपना उन्होंने एक हायरकी सी पर बड़े इंसाफ पसंद भी सन ह्यूमैनिटेरियन उन्होंने गल्लां भी सन बड़े वधिया तीरअंदाज सन उन्होंने कोल असला बंदूक जां डायनामाइट तो खैर बाद च आया उन्होंने कोल जिहड़ा बंदूक जां पिस्तौल जां इस किस्म की फायर आर्म पावर नहीं सी लेकिन अदर दैन वो बहुत बहादुर सन सो वो जदों ये आए पिलग्रिम जो तक इतने पहुँचे उन्हां चों कोई कई राज कुछ मर भी गए बुरा हाल बौंके दिहाड़े खाण नूं कुछ नहीं है अलग तरह दीयां चीज़ां सो नेटिव अमेरिकनस ने इन्हां नूं बड़ा वैलकम किया वैलकम करके इन्हां नूं खाण दे लई क्योंकि पोटेटो भी इतने हुंदे सी आलू भी और दूसरियां चीज़ां भी टर्की बर्ड जिहड़ा अज थैंक्सगिविंग दा दिन जिहड़ा खाधा जाणा है मेजोरिटी अमेरिकन घरां च प्रेजिडेंट ने भी एक टर्की खरी जिहड़ी आ उह पाली है जिहड़ी अज उन्हें पार्डन कर देनी है उन्हूं खाणा नहीं है उन्हें उह फिर एक वड्डा फॉर्म है मैरीलैंड दे विच जिहड़ियां फिर प्रेजिडेंट्स ने टर्कीज़ जिन्हां दी जान बख्शी हुंदी है पार्डन कीता हुंदा है उत्थे उन्हां नूं रख लैंदे ने सो इस किस्म दे हालात चों टर्की बर्ड भी उन्हां नूं उस पीरियड च नेटिव्स नहीं उह इत्थों दा ही बर्ड सी उन्हां नूं खाण नूं दित्ता सो मुकदी गल जिहड़ा थैंक्सगिविंग दी शुरुआत दी गल हुंदी है और एक बड़ी मजबूत धारना है कि मुढ़ले तौर दे उत्ते पिलग्रिम बच गए हौली 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 होर यूरोपियन आन लग गए वक्री गल है फिर जिहड़े होर यूरोपियन जां गोरा नसल दे लोक आए उन्होंने इन्हां दे नाल की कीता किवें नेटिव अमेरिकनस नूं हंट किया मारिया उन्हां दीआं जमीनां खो खा के उन्हां नूं अग्गे तोर दिंदे रहे ते जिधर नूं तोरिया जे उत्थे रहण लग गए उत्थों सोना मिलण गया फिर उत्थों भी होर समझौते करके अगे नूं तोर दित्ते और अज हाल यह है भी जिहड़े कदे इस मुल्क दे वासी लोग सी मूल वासी सी उन्हां दी गिणती 1 मिलियन तो भी घट है रिजर्वेशनस दे विचों रहिंदे ने उत्थे शराब जुआ कर दूजे तीजे खुले ने जिवें हिंदुस्तान दी हकूमत ने अज पंजाब नूं जिहड़ा है वो शराब नशियां दी मंडी बनाया होया खुला बनाया तां कि इवें ही गर्क जाओ
ਕਿਉਂਕਿ ਸਿੱਧੇ ਤੌਰ ਤੇ ਤਾਂ ਮਾਰ ਨਹੀਂ ਸਕੇ ਜੀ। ਸੋ ਇਹੋ ਜਿਹੀ ਰਣਨੀਤੀ ਇਹਨਾਂ ਨੇ ਵੀ ਇੱਥੇ ਇਸਤੇਮਾਲ ਕੀਤੀ। ਸੋ ਇਹੀ ਕਾਰਨ ਹੈ ਕਿ ਅੱਜ ਦੇ ਦਿਨ ਜਦੋਂ ਕਿ ਮੈਜੋਰਟੀ ਘਰਾਂ ਦੇ ਵਿੱਚ ਥੈਂਕਸਗਿਵਿੰਗ ਸੈਲੀਬ੍ਰੇਟ ਹੋ ਰਿਹਾ, ਕੁਝ ਸ਼ਹਿਰਾਂ ਦੇ ਵਿੱਚ ਨੇਟਿਵ ਅਮੈਰੀਕਨਸ ਵੱਲੋਂ ਪ੍ਰੋਟੈਸਟ ਪਰੇਡ ਕੱਢੀ ਜਾਂਦੀ, ਕਿਉਂਕਿ ਕਈ ਥਾਂ ਥੈਂਕਸਗਿਵਿੰਗ ਪਰੇਡ ਹੁੰਦੀ ਹੈ ਜਿਵੇਂ ਫਿਲਾਡੈਲਫੀਆ 'ਚ ਸ਼ੁਰੂ ਹੋਈ 18ਵੀਂ ਸਦੀ 'ਚ, ਲੇਕਿਨ ਕੁਛ ਥਾਂ 'ਤੇ ਨੇਟਿਵ ਅਮੈਰੀਕਨ ਪ੍ਰੋਟੈਸਟ ਕਰਦੇ ਨੇ ਕਿ ਉਹ ਇਹਨੂੰ ਇਸ ਦਿਨ ਨੂੰ ਕਾਲਾ ਦਿਨ ਕਹਿੰਦੇ ਨੇ ਕਿ ਜਦੋਂ ਉਹਨਾਂ ਦੇ ਮੁੱਢਲੇ ਹੱਕ ਜਿਹੜੇ ਨੇ ਉਹ ਖੋਏ ਗਏ। ਸੋ ਇਹ ਤਾਂ ਇਹਦਾ ਹਿਸਟੋਰੀਕਲ ਪਰਸਪੈਕਟਿਵ ਹੈ, ਪਰ ਹੁਣ ਜਦੋਂ ਤੁਸੀਂ ਅਮੈਰੀਕਨ ਹਿਸਟੋਰੀਕਲ ਜਾਂ ਦੂਸਰੇ ਆਸਪੈਕਟ ਤੋਂ ਦੇਖੋਗੇ ਤਾਂ ਇਹ ਇਸ ਨੂੰ ਨੇਟਿਵ ਅਮੈਰੀਕਨਸ ਨੂੰ ਥੈਂਕ ਯੂ ਦੇ ਨਾਲ ਜੋੜ ਕੇ ਨਹੀਂ ਦੇਖਦੇ। ਹੁਣ ਇਸ ਨੂੰ ਇਹ ਕਹਿੰਦੇ ਨੇ ਕਿ ਵੀ ਅਸੀਂ, ਕਿਉਂਕਿ ਇਹਨਾਂ ਦੀ ਜੇ ਤੁਸੀਂ ਕਰੰਸੀ ਦੇਖੋ ਉਸ ਦੇ ਉੱਤੇ ਵੀ ਹੈ ਕਿ ਇਨ ਗੋਡ ਵੀ ਟਰੱਸਟ, ਕਿ ਰੱਬ ਦੇ ਉੱਤੇ ਅਸੀਂ ਯਕੀਨ ਕਰਦੇ ਹਾਂ। ਸੋ ਇਹ ਇਸ ਨੂੰ ਰੱਬ ਦੇ ਥੈਂਕ ਯੂ ਦੇ ਤੌਰ ਦੇ ਉੱਤੇ ਕਿ ਜੀ ਜਿਸ ਰੱਬ ਨੇ ਸਾਨੂੰ ਇਹਨਾਂ ਗੋਡ ਬਲੈਸ ਅਮੈਰੀਕਾ, ਇਹਨਾਂ ਦਾ ਨੈਸ਼ਨਲ ਐਂਥਮ ਵੀ ਬੋਲਿਆ ਜਾਂਦਾ ਜੀ, ਕਿ ਰੱਬ ਦੀ ਸਾਡੇ 'ਤੇ ਰਹਿਮਤ ਹੈ, ਸਾਡੇ ਸਾਡਾ ਵੱਡਾ ਦੇਸ਼ ਹੈ, ਸਾਨੂੰ ਖਾਣ ਰਹਿਣ ਸਹਿਣ ਦੂਜੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਨੇ, ਔਰ ਫੈਮਿਲੀ ਵੈਲਿਊਜ਼ ਨੂੰ ਵੀ ਕਿਉਂਕਿ ਬਹੁਤ ਪ੍ਰਾਇਓਰਟੀ ਦਿੰਦੇ ਨੇ ਜੀ। ਸੋ ਇਹ ਇੱਕ ਐਸਾ ਦਿਨ ਹੈ ਕਿ ਜਿੱਦਣ ਸਭ ਤੋਂ ਜ਼ਿਆਦਾ ਟ੍ਰੈਫਿਕ ਅਮਰੀਕਾ ਦੀਆਂ ਸੜਕਾਂ 'ਤੇ ਹੁੰਦਾ, ਕਿਉਂਕਿ ਜਿੱਥੇ ਵੀ ਕੋਈ ਹੈ ਉਹ ਡਰਾਈਵ ਕਰਕੇ ਅੱਜ ਜਾਂ ਈਵਨ ਪ੍ਰੀਵੀਅਸ ਨਾਈਟ ਉਹ ਆਪਣੇ ਪਰਿਵਾਰਜਨਾਂ ਦੇ ਕੋਲ, ਆਪਣੇ ਪਿਆਰਿਆਂ ਦੇ ਕੋਲ ਪਹੁੰਚ ਜਾਂਦੇ ਨੇ ਜੀ। ਫਿਰ ਉਹ ਸਾਂਝੀ ਕੁਕਿੰਗ ਕਰਦੇ ਨੇ, ਟਰਕੀ ਰੋ ਜਿਹੜੀ ਹੈ ਉਹਨੂੰ ਰੋਸਟ ਕਰਨਗੇ, ਹੋਰ ਜਿਹੜਾ ਸਾਰੇ ਬੇਕਡ ਪੋਟੇਟੋਜ਼ ਔਰ ਖਾਸ ਤੌਰ 'ਤੇ ਜੁੜਿਆ ਹੋਇਆ ਥੈਂਕਸਗਿਵਿੰਗ ਡਿਨਰ ਦਾ ਬਹੁਤ ਸਾਰਾ ਪਾਰਟ ਹੈ ਜੀ। ਸੋ ਇਹ ਤਾਂ ਉਹਨਾਂ ਦਾ ਪਾਰਟ ਹੈ, ਲੇਕਿਨ ਸਾਡੇ ਪੱਖ ਤੋਂ ਵੀ 6-7 ਲੱਖ ਸਿੱਖ ਕਿਉਂਕਿ ਹੁਣ ਇਸ ਲੈਂਡਸਕੇਪ ਦਾ ਹਿੱਸਾ ਨੇ ਜੀ। ਸੋ ਜਿਹੜੇ ਇਸ ਕਿਸਮ ਦੇ ਸੈਲੀਬ੍ਰੇਸ਼ਨਸ ਨੇ ਉਹਦੇ 'ਚ ਇੱਕ ਪਾਰਟ ਸਾਡਾ ਵੀ, ਅਸੀਂ ਸਮਝਦੇ ਹਾਂ ਵੀ ਅਧਿਆਤਮਿਕ ਤੌਰ ਦੇ ਉੱਤੇ ਨਿਰੰਕਾਰ ਦਾ ਸ਼ੁਕਰਾਨਾ ਕਿ ਜਿਸ ਨੇ, ਜੈ ਪ੍ਰਸਾਦ 36 ਅੰਮ੍ਰਿਤ ਖਾਹੇ, ਕਿ ਜਿਸ ਨੇ ਸਾਰਾ ਕੁਛ ਦਿੱਤਾ, ਜੈ ਪ੍ਰਸਾਦ ਵਸੈ ਸੁਖ ਮੰਦਰ, ਸਾਨੂੰ ਰਹਿਣ ਨੂੰ ਘਰ ਦਿੱਤਾ। ਸੋ ਅਸੀਂ ਵੀ ਉਸ ਹਵਾਲੇ ਨਾਲ ਉਸ ਨੂੰ ਨਿਰੰਕਾਰ ਦੇ ਧੰਨਵਾਦ ਦਿਵਸ ਦੇ ਤੌਰ 'ਤੇ ਹੀ ਸੈਲੀਬ੍ਰੇਟ ਕਰਦੇ ਹਾਂ। ਔਰ ਇੱਕ ਚੰਗੀ ਗੱਲ ਹੈ, ਬਹੁਤ ਸਾਰੇ ਗੁਰਦੁਆਰਿਆਂ 'ਚ ਅਮੈਰੀਕਾ 'ਚ ਅੱਜ ਬੜੀ ਜ਼ਬਰਦਸਤ ਜਿਹੜੀ ਹੈ ਫੂਡ ਡਰਾਈਵ ਫੋਰ ਦਾ ਹੰਗਰੀ, ਕਿ ਜਿੱਥੇ ਕਿਤੇ ਵੀ ਭੁੱਖੇ ਨੇ ਉਹਨਾਂ ਤੱਕ ਪਹੁੰਚ ਸ਼ੈਲਟਰਸ ਦੇ ਵਿੱਚ, ਗੁਰਦੁਆਰਿਆਂ ਦਾ ਇਹ ਚੰਗਾ ਕੰਮ ਹੈ। ਔਰ ਮੈਂ ਇਸ ਦੇ ਨਾਲ ਇਹ ਵੀ ਕਹਾਂਗਾ ਕਿ ਫਿਲੀਪੀਨਸ ਦੇ ਵਿੱਚ ਜਿੱਥੇ ਹਜ਼ਾਰਾਂ ਲੋਕ ਮਾਰੇ ਗਏ ਔਰ ਲੱਖਾਂ ਬੇਘਰ ਨੇ, ਉੱਥੇ ਯੂਨਾਈਟਿਡ ਸਿੱਖਸ ਜਥੇਬੰਦੀ, ਜਿਸ ਨੇ ਯੂਨਾਈਟਿਡ ਨੇਸ਼ਨਸ ਦੀ ਮਾਨਤਾ ਹਾਸਲ ਕੀਤੀ ਹੈ, ਔਰ ਪਹਿਲਾਂ ਵੀ ਜਿਹੜੀਆਂ ਕੁਦਰਤੀ ਤ੍ਰਾਸਦੀਆਂ, ਉਹ ਬੇਸ਼ੱਕ ਸੁਨਾਮੀ ਹੋਏ, ਕੈਟਰੀਨਾ ਹੋਏ, ਅਰਥਕੁਏਕ ਹੋਏ, ਉਸ ਦੇ ਵੇਲੇ ਥਾਂ ਥਾਈਂ ਪਹੁੰਚ ਕੇ ਉਹਨਾਂ ਨੇ ਨਾਮਣਾ ਖੱਟਿਆ, ਉਹਨਾਂ ਦੇ ਵਲੰਟੀਅਰ, ਉਹਨਾਂ ਦੀ ਟੀਮ ਜਿਹੜੀ ਹੈ ਉਹ ਫਿਲੀਪੀਨਸ ਦੇ ਵਿੱਚ ਐਕਟਿਵਲੀ ਜਿਹੜਾ ਉਹ ਏਡ ਪ੍ਰੋਜੈਕਟ ਦੇ ਉੱਤੇ ਕੰਮ ਕਰ ਰਹੇ ਹੈ। ਸੋ ਮੈਂ ਇਹ ਜ਼ਰੂਰ ਕਹਾਂਗਾ ਕਿ ਵੀ ਕੋਈ ਥੈਂਕਸਗਿਵਿੰਗ ਅੱਜ ਦੇ ਨਾਲ ਨਹੀਂ ਮੁੱਕ ਜਾਣਾ ਹੈ, ਆਉਣ ਵਾਲੇ ਦਿਨਾਂ 'ਚ ਵੀ ਇਹ ਇੱਕ ਸ਼ੁਰੂਆਤ ਹੈ। ਜੇ ਅਸੀਂ ਆਪਣੇ ਆਪ ਨੂੰ ਬਲੈਸਡ ਮਹਿਸੂਸ ਕਰਦੇ ਹਾਂ ਕਿ ਰੱਬ ਨੇ ਸਾਨੂੰ ਇੱਕ ਚੰਗੀ ਧਰਤੀ ਦਿੱਤੀ ਹੈ ਜਿੱਥੇ ਅਸੀਂ ਆਪਣੇ ਧਰਮ ਨੂੰ ਪ੍ਰੈਕਟਿਸ ਕਰ ਸਕਦੇ ਹਾਂ ਬਿਨਾਂ ਡਰ ਖੌਫ ਤੋਂ, ਜਿਵੇਂ ਪਿਲਗ੍ਰਿਮਸ ਤੋਂ ਇਸ ਗੱਲ ਦੀ ਸ਼ੁਰੂਆਤ ਹੋਈ, ਜਿੱਥੇ ਅਸੀਂ ਪਰਸੂਟ ਆਫ ਹੈਪੀਨੈਸ ਆਪਣੇ ਖੁਸ਼ੀ ਦੇ ਗੋਲ ਨੂੰ ਅੱਗੇ ਲਿਜਾ ਸਕਦੇ ਹਾਂ, ਜਿੱਥੇ ਅਸੀਂ ਆਜ਼ਾਦੀ ਦੇ ਨਾਲ ਜਿਹੜਾ ਆਪਣਾ ਕੋਈ ਵੀ ਕਿੱਤਾ ਕਰ ਸਕਦੇ ਹਾਂ। ਸੋ ਇਹ ਵੀ ਸਾਡੇ ਧਿਆਨ 'ਚ ਰਹੇ ਕਿ ਇਸ ਦਿਨ ਸਾਡੀਆਂ ਯਾਦਾਂ ਦੇ ਵਿੱਚ ਮਨੁੱਖਤਾ ਦੀ ਪੀੜ ਤਾਂ ਹੋਏ ਹੀ ਹੋਏ, ਜਿਹੜੀ ਜਿਵੇਂ ਮੈਂ ਫਿਲੀਪੀਨ ਦੇ ਹਵਾਲੇ ਨਾਲ ਜਿਹੜੇ ਲੋਕ ਅੱਜ ਬੇਘਰ ਨੇ, ਸੋ ਯੂਨਾਈਟਿਡ ਸਿੱਖਸ ਦੇ ਇਸ ਹਿਊਮੈਨੀਟੇਰੀਅਨ ਰਿਲੀਫ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ। ਦੂਸਰਾ, ਸਾਡੀਆਂ ਯਾਦਾਂ ਦੇ ਵਿੱਚ ਸਾਡੇ ਉਹ ਵੀਰ ਭੈਣਾਂ ਜਿਨ੍ਹਾਂ ਨੇ ਕੌਮ ਦੀ ਆਜ਼ਾਦੀ ਦੇ ਲਈ, ਕੌਮ ਦਾ ਘਰ ਬਣਾਉਣ ਦੇ ਲਈ ਉਸ ਖਿੱਤੇ 'ਤੇ, ਉਸ ਧਰਤੀ ਦੇ ਖਿੱਤੇ ਖਾਲਿਸਤਾਨ ਦੀ ਸਿਰਜਣਾ ਦੇ ਲਈ, ਜਿਵੇਂ ਪਿਲਗ੍ਰਿਮਸ ਉਹ ਥਾਂ 'ਚ ਆਉਂਦੇ ਸੀ ਜਿੱਥੇ ਉਹ ਆਪਣਾ ਆਜ਼ਾਦੀ ਦੇ ਨਾਲ ਧਰਮ ਮਾਨ ਸਕਣ, ਅੱਜ ਅਸੀਂ ਆਪਣੀ ਧਰਤੀ ਦੇ ਉੱਤੇ ਆਪਣੇ ਧਰਮ ਨੂੰ ਫਰੀਲੀ ਪ੍ਰੈਕਟਿਸ ਨਹੀਂ ਕਰ ਸਕਦੇ। ਉਹ ਢੁੱਡੀ ਕੇ ਦੀ ਉਦਾਹਰਣ ਸਾਹਮਣੇ ਹੈ ਕਿ ਉੱਥੇ ਕੀ ਹੋ ਰਿਹਾ, ਪੁਲਿਸ ਦਾ ਜ਼ਬਰ ਹੈ, ਔਰ ਕਿਵੇਂ ਜਿਹੜੇ ਜੇਲ੍ਹਾਂ ਦੇ ਵਿੱਚ 20-22 ਸਾਲ ਤੋਂ ਜਿਹੜੇ ਬੰਦ ਨੇ ਉਹਨਾਂ ਦੀ ਰਿਹਾਈ ਦੇ ਲਈ ਭਾਈ ਗੁਰਬਖਸ਼ ਸਿੰਘ ਗੁਰਦੁਆਰਾ ਅੰਬ ਸਾਹਿਬ ਮੋਹਾਲੀ 'ਚ ਪਿਛਲੇ ਲਗਭਗ ਹੁਣ ਉਹਨਾਂ ਨੂੰ 14-15 ਦਿਨ ਹੋ ਗਏ ਨੇ ਜਿਹੜੇ ਭੁੱਖ ਹੜਤਾਲ 'ਤੇ ਬੈਠੇ ਨੇ। ਸੋ ਸਾਰੇ ਹੀ ਵੀਰ ਭੈਣਾਂ ਸਾਡੀ ਅਰਦਾਸ ਦੇ ਵਿੱਚ ਅੱਜ ਸ਼ਾਮ ਸਾਡੀ ਯਾਦ ਦੇ ਵਿੱਚ ਹੋਣ, ਆਪਣਾ ਵਤਨ, ਆਪਣੀ ਧਰਤੀ ਔਰ ਕੁੱਲ ਮਨੁੱਖਤਾ ਦਾ ਦਰਦ ਜਿਹੜਾ ਕਿ ਸਾਡਾ ਆਧਾਰ ਹੈ ਸਾਡੇ ਧਰਮ ਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ
ਸਰਬੱਤ ਦਾ ਭਲਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕ ਯੂ। ਅਤੇ ਡਾਕਟਰ ਸਾਹਿਬ ਹੁਣ ਲੈਂਦੇ ਹਾਂ ਬ੍ਰੇਕ, ਵਿਅਰਥ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।